ਮੈਂ ਹਾਂ ਗੌਰਵ ਕੁਮਾਰ, ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ। ਜਿਸ ਤਰ੍ਹਾਂ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਇੱਕ ਅਮਨਦੀਪ ਹਸਪੀਟਲ ਦੇ ਵਿੱਚ ਇੱਥੇ ਪਹੁੰਚੇ ਹਾਂ, ਜਿਸ ਤਰ੍ਹਾਂ ਕਿ 15 ਜੁਲਾਈ ਨੂੰ ਇੱਕ ਪਲਾਸਟਿਕ ਸਰਜਰੀ ਦਿਵਸ ਜਿਹੜਾ ਕਿ ਇਹਨਾਂ ਵੱਲੋਂ ਮਨਾਇਆ ਜਾ ਰਿਹਾ ਹੈ, ਅਤੇ ਸਾਡੇ ਨਾਲ ਡਾਕਟਰ ਰਵੀ ਕੁਮਾਰ ਮਹਾਜਨ ਜੋ ਕਿ ਪਲਾਸਟਿਕ ਸਰਜਨ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਸਰ। ਹੈਲੋ ਜੀ। ਸਰ, ਜਿਸ ਤਰ੍ਹਾਂ ਕਿ 15 ਜੁਲਾਈ ਨੂੰ ਪਲਾਸਟਿਕ ਸਰਜਰੀ ਜਿਹੜਾ ਦਿਵਸ ਮਨਾਇਆ ਜਾ ਰਿਹਾ ਹੈ, ਉਹ ਸਰ ਕਿਸ ਢੰਗ ਦੇ ਨਾਲ ਤੁਹਾਡੇ ਵੱਲੋਂ ਇੱਥੇ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ? ਦੇਖੋ, ਪਲਾਸਟਿਕ ਸਰਜਰੀ ਡੇ ਜਿਹੜਾ ਉਹ ਹਰ ਸਾਲ ਮਨਾਇਆ ਜਾਂਦਾ, ਔਰ ਉਹਦਾ ਜਿਹੜਾ ਮੇਨ ਮਕਸਦ ਹੁੰਦਾ ਉਹ ਇਹ ਹੁੰਦਾ ਵੀ ਲੋਕਾਂ ਦੇ ਵਿੱਚ ਪਲਾਸਟਿਕ ਸਰਜਰੀ ਬਾਰੇ ਕੁਛ ਜਾਗਰੂਕਤਾ ਕ੍ਰੀਏਟ ਕੀਤੀ ਜਾਏ, ਔਰ ਉਸ ਦੇ ਇਲਾਵਾ ਜਿਹੜਾ ਅਸੀਂ ਕੁਛ ਜਿਹੜੇ ਕੁਛ ਫ੍ਰੀ ਸਰਜਰੀਜ਼ ਵੀ ਪ੍ਰੋਵਾਈਡ ਕਰਦੇ ਹਾਂ। ਸੋ ਇਸ ਵਾਰੀ ਅਸੀਂ 15 ਜੁਲਾਈ ਨੂੰ ਅਮਨਦੀਪ ਹੋਸਪਿਟਲ 'ਚ ਪਲਾਸਟਿਕ ਸਰਜਰੀ OPD ਦੇ ਵਿੱਚ ਇੱਕ ਕੈਂਪ ਰੱਖਿਆ, ਜਿਹਦੇ ਵਿੱਚ ਅਸੀਂ ਪਲਾਸਟਿਕ ਸਰਜਰੀ ਦੇ ਜਿਹੜੇ ਆਪਣੇ ਨਵੇਂ ਪੇਸ਼ੈਂਟਸ ਹੈ ਉਹਨਾਂ ਨੂੰ ਟੋਟਲੀ ਫ੍ਰੀ ਕੰਸਲਟੇਸ਼ਨ ਪ੍ਰੋਵਾਈਡ ਕਰ ਰਹੇ ਹਾਂ, ਔਰ ਉਹਨਾਂ ਵਿੱਚੋਂ ਜਿਹੜੇ ਬਹੁਤ ਗਰੀਬ ਪਰਿਵਾਰਾਂ ਦੇ ਕੁਛ ਪੇਸ਼ੈਂਟਸ ਹੋਣਗੇ, ਉਹਨਾਂ 6 ਪੇਸ਼ੈਂਟਸ ਨੂੰ ਚੂਜ਼ ਕੀਤਾ ਜਾਏਗਾ, ਜਿਨ੍ਹਾਂ ਨੂੰ ਕਿ ਸਰਜਰੀਜ਼ ਜਿਹੜੀਆਂ ਉਹ ਫ੍ਰੀ ਆਫ ਕੋਸਟ ਦਿੱਤੀਆਂ ਜਾਣਗੀਆਂ, ਔਰ ਇਸ ਤੋਂ ਇਲਾਵਾ ਵੀ ਜਿਹੜੇ ਕੋਈ ਹੋਰ ਪੇਸ਼ੈਂਟ, ਕੋਈ ਪੂਅਰ ਪੇਸ਼ੈਂਟਸ ਹੋਣਗੇ, ਉਹਨਾਂ ਨੂੰ ਅਸੀਂ ਸਬਸਿਡਾਈਜ਼ ਸਰਜਰੀ ਬਾਈ ਆਫਰਿੰਗ ਸਮ ਡਿਸਕਾਊਂਟ ਜਿਹੜਾ ਉਹ ਵੀ ਪ੍ਰੋਵਾਈਡ ਕਰਾਂਗੇ। ਸੋ ਜਿਹੜਾ ਇੱਕ ਹੋਰ ਜਿਹੜੀ, ਚੂੰਕਿ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਮੈਂ ਤੁਹਾਡੇ ਥਰੂ ਲੋਕਾਂ ਤੱਕ ਇਹ ਜਿਹੜਾ ਇੱਕ ਮੈਸੇਜ ਪਹੁੰਚਾਉਣਾ ਚਾਹਾਂਗਾ, ਉਹ ਇਹ ਹੈ ਵੀ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸਿਰਫ ਲੋਕਾਂ ਨੂੰ ਸੁੰਦਰ ਕਰਨ ਵਾਸਤੇ ਹੀ ਨਹੀਂ ਹੁੰਦੀ। ਕੋਸਮੈਟਿਕ ਸਰਜਰੀ ਇੱਕ ਪਲਾਸਟਿਕ ਸਰਜਰੀ ਦਾ ਬੜਾ ਇੰਪੋਰਟੈਂਟ ਹਿੱਸਾ ਹੈ, ਜਿਹਦੇ ਵਿੱਚ ਲੋਕਾਂ ਨੂੰ ਸੁੰਦਰਤਾ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ, ਲੇਕਿਨ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਪਲਾਸਟਿਕ ਸਰਜਰੀ ਦਾ, ਉਹ ਹੈ ਰੀਕੰਸਟਰਕਟਿਵ ਸਰਜਰੀ, ਔਰ ਉਹਦੇ ਅੰਡਰ ਅਸੀਂ ਜਿਹੜੇ ਜਲੇ ਹੋਏ ਮਰੀਜ਼ਾਂ ਹੈ ਉਹਨਾਂ ਦਾ ਇਲਾਜ ਕਰਦੇ ਹਾਂ, ਜਾਂ ਜਲੇ ਹੋਏ ਮਰੀਜ਼ਾਂ ਦਾ ਜਲਨ ਤੋਂ ਬਾਅਦ ਜਿਹੜੀਆਂ ਵਿਕ੍ਰਿਤੀਆਂ ਪੈਦਾ ਹੋ ਜਾਂਦੀਆਂ ਫੇਸ ਦੀਆਂ ਜਾਂ ਹੱਥਾਂ ਬਾਹਾਂ ਦੀਆਂ, ਉਹਨਾਂ ਨੂੰ ਕਰੈਕਟ ਕੀਤਾ ਜਾ ਸਕਦਾ ਹੈ, ਔਰ ਉਸ ਤੋਂ ਇਲਾਵਾ ਕੁਛ ਜਨਮ ਜਾਤ ਪ੍ਰੋਬਲਮਸ ਜਿਹੜੀਆਂ, ਜਿਸ ਤਰ੍ਹਾਂ ਕਿ ਜਮਾਂਦਰੂ ਕੱਟੇ ਹੋਏ ਬੁੱਲ ਜਾਂ ਤਾਲੂ ਜਾਂ ਪਿਸ਼ਾਬ ਦੀ ਨਾਲੀ ਦੀਆਂ ਪ੍ਰੋਬਲਮਸ ਹੋ ਸਕਦੀਆਂ, ਜਾਂ ਹੱਥਾਂ ਪੈਰਾਂ ਦੀਆਂ ਕੁਛ ਕੰਜੈਨੀਟਲ ਪ੍ਰੋਬਲਮਸ, ਜਿਨ੍ਹਾਂ ਦਾ ਕਿ ਇਲਾਜ ਪਲਾਸਟਿਕ ਸਰਜਰੀ ਦੇ ਰਾਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਈਵਨ ਜਿਹੜੇ ਕੈਂਸਰ ਦੇ ਮਰੀਜ਼ ਹੈ ਉਹਨਾਂ 'ਚ ਕੁਛ ਹਿੱਸਾ ਜਿਹੜਾ ਬਾਡੀ ਦਾ ਜਦੋਂ ਕੱਢਿਆ ਜਾਂਦਾ ਹੈ ਅਤੇ ਉਹਨੂੰ ਪਲਾਸਟਿਕ ਸਰਜਰੀ ਦੁਆਰਾ ਜਾਂ ਰੀਕੰਸਟਰਕਟਿਵ ਸਰਜਰੀ ਦੁਆਰਾ ਦੁਬਾਰਾ ਤੋਂ ਬਣਾਇਆ ਜਾ ਸਕਦਾ ਹੈ, ਜਿਹਦੇ ਵਿੱਚ ਇੱਕ ਜਿਹੜਾ ਅਹਿਮ ਚੀਜ਼ ਹੈ ਉਹ ਇਹ ਹੈ ਵੀ ਜਦੋਂ ਕੋਈ ਮੂੰਹ ਦਾ ਕੈਂਸਰ ਹੁੰਦਾ ਅਤੇ ਉਹਦੇ ਵਿੱਚ ਜਬੜਾ ਕਈ ਵਾਰੀ ਕੱਢਣਾ ਪੈਂਦਾ ਅਤੇ ਉਹਨੂੰ ਜਬੜੇ ਨੂੰ ਅਸੀਂ ਪਲਾਸਟਿਕ ਸਰਜਰੀ ਜਾਂ ਮਾਈਕਰੋਵਾਸਕੂਲਰ ਟੈਕਨੀਕਸ ਦੇ ਨਾਲ ਦੁਬਾਰਾ ਤੋਂ ਇੱਕ ਲੱਤ ਦੀ ਇੱਕ ਛੋਟੀ ਹੱਡੀ ਜਿਹੜੀ ਹੈ ਉਹ ਲੈ ਕੇ ਅਤੇ ਉਹਨੂੰ ਦੁਬਾਰਾ ਤੋਂ ਬਣਾ ਸਕਦੇ ਹਾਂ। ਪਰ ਸਰ, ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਕਿਹਾ ਗਿਆ ਕਿ 15 ਜੁਲਾਈ ਨੂੰ ਜਿਹੜੇ 6 ਹੀ ਮਰੀਜ਼ਾਂ ਨੂੰ ਦੇਖਿਆ ਜਾਏਗਾ, ਜੇ 6 ਤੋਂ ਵੱਧ ਇੱਥੇ ਮਰੀਜ਼ ਜਿਹੜੇ ਜੇ ਆ ਜਾਂਦੇ ਫਿਰ ਉਹਨਾਂ ਦਾ ਕੀ ਸਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਏਗਾ? ਦੇਖੋ, ਇਸ ਤਰ੍ਹਾਂ ਹੈ, ਮਿਨੀਮਮ ਅਸੀਂ 6 ਪੇਸ਼ੈਂਟ ਜਿਹੜੇ ਆ ਸੋਚੇ ਹੈ, ਲੇਕਿਨ ਜੇ ਜ਼ਰੂਰਤ ਹੋਏਗੀ ਤਾਂ ਕੁਛ ਜ਼ਿਆਦਾ ਪੇਸ਼ੈਂਟਸ ਨੂੰ ਵੀ ਅਸੀਂ ਫ੍ਰੀ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਸਰ, ਜਿਸ ਤਰ੍ਹਾਂ ਕਿ ਪਲਾਸਟਿਕ ਜਿਹੜੀ ਸਰਜਰੀ ਹੈ, ਕੀ ਇਹਨੂੰ ਕੋਈ ਮੌਸਮ ਦੇ ਵਿੱਚ ਵੀ ਕਰਵਾਉਣੀ ਚਾਹੀਦੀ ਹੈ ਕਿ 12 ਮਹੀਨੇ ਹੀ ਪਲਾਸਟਿਕ ਸਰਜਰੀ ਆਪਾਂ ਕਰਵਾ ਸਕਦੇ ਹਾਂ? ਨਹੀਂ, ਇਸ ਤਰ੍ਹਾਂ ਦਾ ਕੋਈ ਉਹ ਮੌਸਮ ਦਾ ਕੋਈ ਚੱਕਰ ਨਹੀਂ ਹੁੰਦਾ, ਕਿਸੇ ਵੀ ਮੌਸਮ ਦੇ ਵਿੱਚ ਜਿਹੜੀ ਹੈ ਉਹ ਪਲਾਸਟਿਕ ਸਰਜਰੀ ਕੀਤੀ ਜਾ ਸਕਦੀ, ਸਾਰਾ ਸਾਲ ਪਲਾਸਟਿਕ ਸਰਜਰੀ ਜਿਹੜੀ ਅਸੀਂ ਕਰਦੇ ਹਾਂ, ਉਹ ਇਸ ਤਰ੍ਹਾਂ ਲੋਕਾਂ 'ਚ ਐਵੇਂ ਗਲਤ ਧਾਰਨਾ ਹੈਗੀ ਹੈ, ਮੌਸਮ ਨਾਲ ਕੋਈ ਫਰਕ ਨਹੀਂ ਪੈਂਦਾ। ਸਰ, ਤੁਹਾਡੀ ਇੱਥੇ ਜਿਸ ਤਰ੍ਹਾਂ ਹੋਸਪਿਟਲ ਦੇ ਵਿੱਚ ਪਲਾਸਟਿਕ ਸਰਜਰੀ ਦੇ ਕਿੰਨੇ ਡਾਕਟਰ ਇੱਥੇ ਜਿਹੜੇ ਮੌਜੂਦ ਨੇ? ਦੇਖੋ, ਇਹ ਮੈਂ ਸਮਝਦਾ ਵੀ ਇੱਕ ਪ੍ਰਾਈਵੇਟ ਦਾਇਰੇ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਿੱਚ ਜਾਂ ਸਾਰੇ ਰੀਜਨ ਦੇ ਵਿੱਚ ਪਲਾਸਟਿਕ ਸਰਜਰੀ ਦਾ ਸਾਰਿਆਂ ਨਾਲੋਂ ਵੱਡਾ ਡਿਪਾਰਟਮੈਂਟ ਹੈ, ਔਰ ਅਸੀਂ ਇਹਦੇ 'ਚ 6 ਕੁਆਲੀਫਾਈਡ ਪਲਾਸਟਿਕ ਸਰਜਨ ਜਿਹੜੇ ਕਿ MCH ਪਲਾਸਟਿਕ ਸਰਜਰੀ ਹੈ ਉਹ ਹੈਗੇ ਹਾਂ, ਔਰ ਉਸ ਤੋਂ ਇਲਾਵਾ ਵੀ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਜਿਹੜਾ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਹੁੰਦਾ ਉਹਦੇ ਵੱਲੋਂ
ਜਿਹੜਾ ਉਹ ਰੈਕੋਗਨਾਈਜ਼ਡ ਹੈ ਕਿ ਅਸੀਂ ਪਲਾਸਟਿਕ ਸਰਜਰੀ ਦੀ ਟ੍ਰੇਨਿੰਗ ਜਿਹੜੀ ਹੈ DNB ਜਿਹਨੂੰ ਕਿਹਾ ਜਾਂਦਾ ਹੈ ਉਹ ਵੀ ਪ੍ਰੋਵਾਈਡ ਕਰ ਸਕਦੇ ਹਾਂ। ਸਰ ਇਹ ਜਿਹੜੀ ਪਲਾਸਟਿਕ ਸਰਜਰੀ ਦੀ ਸ਼ੁਰੂਆਤ ਕਿਸ ਟਾਈਮ 'ਤੇ ਹੋਈ ਸੀ ਸਰ? ਦੇਖੋ ਪਲਾਸਟਿਕ ਸਰਜਰੀ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਇੰਡੀਆ 'ਚ ਹੋਈ ਔਰ ਉਹਦਾ ਨਾਂ ਜਿਹੜਾ ਹੈ ਉਹਦਾ ਜਿਹੜਾ ਸੁਸ਼ਰੁਤ ਜਿਹੜਾ ਹੈ ਉਹ ਤਕਰੀਬਨ 600 BC ਮਤਲਬ 600 ਸਾਲ ਬਿਫੋਰ ਕ੍ਰਾਈਸਟ ਜਿਹੜੀ ਹੈ ਉਹ ਸੁਸ਼ਰੁਤਾ ਤੋਂ ਸ਼ੁਰੂ ਹੋਈ। ਸਾਡੀਆਂ ਜਿੰਨੀਆਂ ਵੀ ਪਲਾਸਟਿਕ ਸਰਜਰੀ ਦੀਆਂ ਬੁੱਕਸ ਹੈਗੀਆਂ ਉਹਦੇ ਵਿੱਚ ਪਲਾਸਟਿਕ ਸਰਜਰੀ ਦਾ ਓਰਿਜਨ ਜਿਹੜਾ ਹੈ ਉਹ ਇੰਡੀਆ ਤੋਂ ਹੀ ਮੰਨਿਆ ਜਾਂਦਾ ਹੈ ਔਰ ਸੁਸ਼ਰੁਤ ਜਿਹੜਾ ਹੈ ਉਹਨੂੰ ਇਸ ਚੀਜ਼ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜਿੰਨੇ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸ਼ੁਰੂ ਕੀਤੀ। ਬਾਕੀ ਵਰਲਡ ਦੇ ਜਿੰਨੇ ਕੰਟਰੀਜ਼ ਹੈ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਪਲਾਸਟਿਕ ਸਰਜਰੀ ਬਾਅਦ ਦੇ ਵਿੱਚ ਸ਼ੁਰੂ ਹੋਈ, ਲੇਕਿਨ ਇਹ ਹੈ ਵੀ ਓਵਰ ਦੀ ਈਅਰਸ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਜਿਹੜੀਆਂ ਔਰ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਮੈਂ ਉਹ ਹਰ ਤਰ੍ਹਾਂ ਦੀਆਂ ਮਾਡਰਨ ਔਰ ਲੇਟੈਸਟ ਪਲਾਸਟਿਕ ਸਰਜਰੀ ਸਰਵਿਸਿਜ਼ ਜਿਹੜੀਆਂ ਉਹ ਅਵੇਲੇਬਲ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਹਰ ਤਰ੍ਹਾਂ ਦੀ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਸਰ ਇੱਕ ਕਿੰਨਵਾਂ ਸਰ ਤੁਹਾਡੇ ਵੱਲੋਂ ਹੋਸਪਿਟਲ ਵੱਲੋਂ ਜਿਹੜਾ ਪਲਾਸਟਿਕ ਜਿਹੜਾ ਜਿਹੜਾ ਦਿਵਸ ਜਿਹੜਾ ਤੁਹਾਡਾ ਸਰਜਰੀ ਜਿਹੜਾ ਮਨਾਇਆ ਜਾ ਰਿਹਾ? ਅਸੀਂ ਦੇਖੋ ਅਮਨਦੀਪ ਹੋਸਪਿਟਲ ਦੇ ਵਿੱਚ 2011 ਤੋਂ ਪਲਾਸਟਿਕ ਸਰਜਰੀ ਡੇ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਨੈਸ਼ਨਲ ਲੈਵਲ 'ਤੇ। ਸੋ ਅਸੀਂ ਉਦੋਂ ਤੋਂ ਹੀ ਹਰ ਸਾਲ ਜਿਹੜਾ ਇਹ ਪਲਾਸਟਿਕ ਸਰਜਰੀ ਡੇ ਜਿਹੜਾ ਉਹ ਮਨਾ ਰਹੇ ਹਾਂ ਔਰ ਪਿਛਲੇ ਸਾਲ ਇਨਫੈਕਟ ਜਿਹੜਾ ਪਲਾਸਟਿਕ ਸਰਜਰੀ ਡੇ ਹੈ ਉਹ ਮੈਂ ਚੂੰਕਿ ਆਲ ਇੰਡੀਆ ਐਸੋਸੀਏਸ਼ਨ ਆਫ ਪਲਾਸਟਿਕ ਸਰਜਨਸ ਦਾ ਪ੍ਰੈਜ਼ੀਡੈਂਟ ਸੀ, ਸੋ ਉਹ ਜਿਹੜਾ ਦਿਵਸ ਹੈ ਉਹ ਅਸੀਂ ਦਿੱਲੀ ਦੇ ਵਿੱਚ ਮੈਂ ਜਿਹੜਾ ਉਹ ਮਨਾਇਆ ਸੀ ਆਲ ਇੰਡੀਆ ਇੰਸਟੀਚਿਊਟ ਦੇ ਪਲਾਸਟਿਕ ਸਰਜਰੀ ਡਿਪਾਰਟਮੈਂਟ ਦੇ ਨਾਲ ਔਰ ਉਹਦੇ ਵਿੱਚ ਅਸੀਂ ਇੱਕ ਬਹੁਤ ਹੀ ਡਿਫਰੈਂਟ ਚੀਜ਼ ਕੀਤੀ ਸੀ ਵੀ ਉਹਦੇ 'ਚ ਅਸੀਂ ਸੁਸ਼ਰੁਤਾ ਫਿਲਮ ਫੈਸਟੀਵਲ ਦੇ ਨਾਂ 'ਤੇ ਇੱਕ ਫਿਲਮ ਫੈਸਟੀਵਲ ਕੀਤਾ ਸੀ ਜਿਹਦੇ ਵਿੱਚ ਅਸੀਂ ਪਲਾਸਟਿਕ ਸਰਜਰੀ ਦੇ ਨਾਲ ਕਿਸ ਤਰ੍ਹਾਂ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਟ੍ਰਾਂਸਫਾਰਮ ਹੋ ਸਕਦੀ ਹੈ ਉਹਦੇ ਉੱਤੇ ਸਾਰੇ ਇੰਡੀਆ ਦੇ ਪਲਾਸਟਿਕ ਸਰਜਨਸ ਤੋਂ ਮੂਵੀਜ਼ ਮੰਗਵਾ ਕੇ ਔਰ ਜਿਹੜੀ ਫਿਲਮ ਇੰਸਟੀਚਿਊਟ ਪੁਣੇ ਹੈ ਉਹਨਾਂ ਨੇ ਜਿਹੜੀਆਂ ਉਹ ਕੁਛ ਜਿਹੜੀਆਂ ਇਸ ਤਰ੍ਹਾਂ ਦੀਆਂ ਅੱਛੀਆਂ ਫਿਲਮ ਸੀਗੀਆਂ ਉਹਨਾਂ ਨੂੰ ਚੂਜ਼ ਕੀਤਾ ਔਰ ਉਹਨੂੰ ਅਸੀਂ ਜਿਹੜਾ ਉਹ ਦਿਖਾਇਆ ਮੀਡੀਆ ਦੇ ਵਿੱਚ ਤਾਂ ਕਿ ਲੋਕਾਂ ਦੇ ਵਿੱਚ ਪਲਾਸਟਿਕ ਸਰਜਰੀ ਬਾਰੇ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ। ਓਕੇ, ਧੰਨਵਾਦ ਸਰ। ਥੈਂਕ ਯੂ ਸਰ। ਕੀ ਸ਼ੁਭ ਨਾਮ ਕੀ ਆਪਣਾ? ਮੈਂ ਡਾਕਟਰ ਤਰੁਣ ਚੌਧਰੀ। ਸਰ ਕੀ ਕਹਿਣਾ ਚਾਹੁੰਦੇ ਹੋ, ਬਾਈ ਚਾਂਸ ਸਰ ਰੋਡ 'ਤੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਪਰ ਉਹਨੂੰ ਸਰ ਕਿਸ ਤਰ੍ਹਾਂ ਦੀ ਸਾਵਧਾਨੀ ਜਿਹੜੀ ਕਿ ਉਹ ਹੋਸਪਿਟਲ ਦੇ ਵਿੱਚ ਆ ਕੇ ਉਹ ਆਪਣੇ ਜਿਹੜੇ ਕੱਟੇ ਹੋਏ ਅੰਗ ਨੂੰ ਦੁਬਾਰਾ ਤੁਹਾਡੇ ਕੋਲ ਸਰ ਜਿਹੜਾ ਕਿ ਟ੍ਰੀਟਮੈਂਟ ਕਰਵਾ ਸਕੇ ਹੋ? ਸਭ ਤੋਂ ਪਹਿਲੇ ਇੰਪੋਰਟੈਂਟ ਚੀਜ਼ ਹੈ, ਜੈਸੇ ਵੀ ਕੋਈ ਕਟਾ ਹੋਇਆ ਅੰਗ ਹੈ ਇਸਕੋ ਇੱਕ ਪੋਲੀਥੀਨ ਬੈਗ ਮੇ ਡਾਲ ਕੇ ਬਾਂਧ ਕੇ ਰੱਖ ਲੈਣਾ, ਫਿਰ ਕੋਈ ਵੀ ਇੱਕ ਕੰਟੇਨਰ ਬਰਤਨ ਲੈਣਾ ਜਿਸ ਮੇ ਬਰਫ਼ ਡਾਲ ਸਕਦੇ ਹੋ, ਤੋ ਉਹ ਪੋਲੀਥੀਨ ਬੈਗ ਉਸ ਕੇ ਅੰਦਰ ਡਾਲ ਕੇ ਰੱਖ ਕੇ ਐਸ ਸੂਨ ਐਸ ਪੋਸੀਬਲ ਉਸ ਸੈਂਟਰ ਪੇ ਜਾਣਾ ਹੈ ਜਹਾਂ ਪੇ ਇਹ ਸਰਜਰੀਜ਼ ਹੋਤੀ ਹੈ। ਇੱਕ ਚੀਜ਼ ਕਾ ਧਿਆਨ ਰੱਖਣਾ ਹੈ, ਜੋ ਕਟਾ ਹੁਆ ਅੰਗ ਹੈ ਉਸਕੋ ਪਾਣੀ ਮੇ ਨਹੀਂ ਡਾਲਣਾ ਜਾਂ ਕੋਈ ਔਰ ਲਿਕੁਇਡ ਮੇ ਨਹੀਂ ਡਾਲਣਾ, ਐਂਡ ਬਰਫ਼ ਡਾਇਰੈਕਟਲੀ ਕੋਂਟੈਕਟ ਉਸਕੇ ਸਾਥ ਨਹੀਂ ਕਰਨਾ, ਵਰਨਾ ਉਹ ਡੈਮੇਜ ਹੋ ਜਾਤਾ ਹੈ। ਤੋ ਯਹੀ ਚੀਜ਼ ਹੈ ਜੋ ਸਭਸੇ ਇੰਪੋਰਟੈਂਟ ਹੈ, ਲੋਕੋ ਕੋ ਪਤਾ ਹੋਣਾ ਚਾਹੀਏ। ਤੋ ਐਸ ਸੂਨ ਐਸ ਪੋਸੀਬਲ ਪੇਸ਼ੈਂਟ ਔਰ ਇਹ ਪਾਰਟ ਹਮਾਰੇ ਪਾਸ ਲੈ ਕਰ ਰਹੇ ਜਾਂ ਜੋ ਵੀ ਹੋਸਪਿਟਲ ਮੇ ਲੈ ਕਰ ਰਹੇ। ਰੋਜ਼ ਦੇ ਤੁਹਾਡੇ ਕਿੰਨੇ ਕੁ ਮਰੀਜ਼ ਜਿਹੜੇ ਹੋਸਪਿਟਲ ਦੇ ਵਿੱਚ ਜਿਹੜੇ ਪਲਾਸਟਿਕ ਸਰਜਰੀ ਦੇ ਜਿਹੜੇ ਇੱਥੇ ਪਹੁੰਚ ਰਹੇ ਨੇ? ਦੇਖੋ ਕਟੇ ਹੋਏ ਅੰਕ ਡਿਪੈਂਡ ਕਰਤਾ ਹੈ, ਕੁਛ ਇਹ ਥੋੜ੍ਹਾ ਸੀਜ਼ਨਲ ਵੇਰੀਏਸ਼ਨ ਵੀ ਹੈ, ਜਬ ਇਹ ਕਟਾਈ ਕਾ ਹੈ ਤੋ ਹਮਾਰੇ ਨੀਅਰ ਬਾਈ ਵਿਲੇਜਸ ਵਗੈਰਾ ਸੇ ਵੀ ਆਤੇ ਹੈ, ਜੰਮੂ ਸੇ ਵੀ ਪੇਸ਼ੈਂਟਸ ਆਤੇ ਹੈ, ਦੂਰ ਸੇ ਵੀ ਆਤੇ ਹੈ। ਤੋ ਐਸ ਸੱਚ ਕੋਈ ਫਿਗਰ ਨਹੀਂ ਹੈ ਮੇਰੇ ਕੋ, ਅਭੀ ਨੋਟ ਨਹੀਂ ਕਰ ਰਹਾ ਹਾਂ, ਪਰ ਇਹ ਹੈ ਪੇਸ਼ੈਂਟਸ ਹਮਾਰੇ ਪਾਸ ਆਤੇ ਰਹਤੇ ਹੈ ਔਰ ਜਿਸਕਾ ਹਮ ਸਕਸੈਸਫੁਲੀ ਟ੍ਰੀਟਮੈਂਟ ਵੀ ਕਰ ਰਹੇ ਹੈ। ਸਰ ਜਿਸ ਤਰ੍ਹਾਂ ਕਿ ਇੱਕ ਪਲਾਸਟਿਕ ਸਰਜਰੀ ਔਰ ਜਿਹੜੀ ਕੋਸਮੈਟਿਕ ਸਰਜਰੀ ਹੈ ਲੋਕਾਂ ਵਾਸਤੇ ਮੰਨਣਾ ਕਿ ਇੱਕ ਹੀ ਹੈ ਕਿ ਇਹਨਾਂ ਦੇ ਵਿੱਚ ਫਰਕ ਵੀ ਹੈ? ਨਹੀਂ, ਦੇਖੋ ਦੋਨੋਂ ਚੀਜ਼ਾਂ ਡਿਫਰੈਂਟ ਹੈ। ਪਲਾਸਟਿਕ ਸਰਜਰੀ ਇੱਕ ਮੇਨ ਬ੍ਰਾਂਚ ਹੈ, ਉਸਕੇ ਅੰਡਰ ਹੀ ਕੋਸਮੈਟਿਕ ਸਰਜਰੀ ਆਤੀ ਜਿਸ ਮੇ ਪੇਸ਼ੈਂਟਸ ਕੋ ਬਿਊਟੀਫਾਈ ਕਰਨੇ ਕਾ, ਜਿਸ ਕਿ ਉਸਕੀ ਸੈਲਫ ਇਮੇਜ ਬੜਤੀ ਹੈ, ਇੰਪਲਾਇਮੈਂਟ ਬੜਤੀ ਹੈ, ਕਈ ਲੋਕ ਮਨ ਮੇ ਹੋਤਾ ਹੈ,
एंड दूसरा मेन इंपॉर्टेंट पार्ट है रिकंस्ट्रक्शन। रिकंस्ट्रक्टिव सर्जरी इसमें यह है कि कोई भी डैमेज पार्ट है, ट्रॉमा से डैमेज हुआ या कैंसर से निकाला है, तो हम उसको रिकंस्ट्रक्ट करते हैं कि वो अपनी डेली रूटीन एक्टिविटीज़ बहुत अच्छे से कर पाए। ये चीज़ ओके, धन्यवाद सर। ਹੁਣ ਜਿਸ ਤਰ੍ਹਾਂ ਕਿ ਅਸੀਂ ਇੱਥੇ ਅਮਨਦੀਪ ਹੋਸਪਿਟਲ ਦੇ ਵਿੱਚ ਆਏ ਹੋਏ ਹਾਂ, ਜਿਸ ਤਰ੍ਹਾਂ ਕਿ 15 ਜੁਲਾਈ ਨੂੰ ਇੱਥੇ ਇੱਕ ਮੇਲਾ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਕਿ ਫ੍ਰੀ ਆਫ ਕੋਸਟ ਜਿਹੜੇ ਕਿ 6 ਮਰੀਜ਼ਾਂ ਨੂੰ ਇੱਥੇ ਫ੍ਰੀ ਆਫ ਕੋਸਟ ਪਲਾਸਟਿਕ ਸਰਜਰੀ ਦਾ ਜਿਹੜਾ ਕਿ ਚੈੱਕਅਪ ਹੋਏਗਾ। ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।